ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਨੀਆ ਭਰ ਵਿੱਚ ਵਾਸੀ ਗੁਰੂ ਨਾਨਕ ਸਾਹਿਬ ਦੇ ਸੰਗਤਾਂ ਨੂੰ ਆਹ ਦੱਸਣਾ ਜ਼ਰੂਰੀ ਹੈ ਕਿ ਅੱਜ ਜੋ ਗੁਰੂ ਨਾਨਕ ਸਾਹਿਬ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਾਰ ਬੱਸ ਯਾਤਰਾ ਜੋ ਹੋਲੈਂਡ ਦੀ ਧਰਤੀ 'ਤੇ ਪਹੁੰਚੀ ਹੋਈ ਹੈ ਕੱਲ੍ਹ ਰੋਜ਼ ਤੋਂ, ਅਤੇ ਅੱਜ ਅਸੀਂ ਖੜ੍ਹੇ ਹਾਂ ਜੇ ਦੇਸ਼ ਹੈ ਹੋਲੈਂਡ, ਨੀਦਰਲੈਂਡਸ ਇਹਨੂੰ ਬੋਲਦੇ ਨੇ, ਦੀ ਹੇਗ ਇੰਗਲਿਸ਼ ਬੋਲਦੇ ਨੇ, ਡੈਨਹਾਗ ਡੱਚ ਭਾਸ਼ਾ 'ਚ ਬੋਲਦੇ ਨੇ। ਇਹ ਜੋ ਬਿਲਡਿੰਗ ਹੈ ਸਾਹਮਣੇ ਮੇਰੇ ਇੱਧਰ ਸੱਜੇ ਬੰਨੇ, ਇਹ ਬਿਲਡਿੰਗ ਹੈ ਜੀ ਇੰਟਰਨੈਸ਼ਨਲ ਕੋਰਟ। ਦੁਨੀਆ ਦੇ ਵਿੱਚ ਜਿੰਨੇ ਵੀ ਜ਼ਾਲਮ ਇਨਸਾਨ ਹੋਏ ਨੇ, ਜਿਨ੍ਹਾਂ ਨੇ ਆਪਣੀ ਪਬਲਿਕ 'ਤੇ ਜ਼ੁਲਮ ਕੀਤਾ ਹੈ, ਚਾਹੇ ਉਹ ਫੌਜੀ ਸ਼ਾਸਕ ਹੋਣ, ਚਾਹੇ ਉਹ ਕਿਸੇ ਦੇਸ਼ ਦੇ ਮਿਨਿਸਟਰ ਹੋਣ, ਉਹਨਾਂ 'ਤੇ ਇਸ ਕੋਰਟ ਦੇ ਵਿੱਚ ਕੇਸ ਕੀਤਾ ਜਾਂਦਾ ਹੈ। ਸਾਡੇ ਬਹੁਤ ਸਾਰੇ ਭੈਣ ਭਰਾ ਇਹ ਕਹਿ ਦਿੰਦੇ ਹਨ ਕਿ ਸਾਨੂੰ ਵੀ ਜੋ ਸਾਡੀ ਸਿੱਖ ਤੌਰ ਕੌਮ 'ਤੇ ਜ਼ੁਲਮ ਹੋਇਆ ਅਤੇ ਉਹ ਕੇਸ ਕਰਨਾ ਚਾਹੀਦਾ ਹੈ। ਲੇਕਿਨ ਮੈਂ ਦੱਸਣਾ ਚਾਹੁੰਦਾ ਕਿ ਜੋ ਸਾਡੀ ਜਾਣਕਾਰੀ ਦੇ ਮੁਤਾਬਕ ਜਿਹੜਾ ਕੇਸ ਹੈ ਆਪਾਂ ਕਿਸੇ ਸ਼ਾਸਕ 'ਤੇ ਕਰਨਾ ਹੋਵੇ, ਕਿਸੇ ਫੌਜ ਲੀਡਰ 'ਤੇ ਕਰਨਾ ਹੋਵੇ, ਤਾਂ ਉਸ ਨੂੰ ਦੇਸ਼ ਦੀ ਜ਼ਰੂਰਤ ਹੁੰਦੀ ਹੈ। ਅਤੇ ਜਿਵੇਂ ਪੰਜਾਬ ਦੇ ਪਾਣੀਆਂ ਦਾ ਮਸਲਾ ਚੱਲਿਆ ਸੀ, ਉਸ ਵਕਤ ਵੀ ਸਿਕਸ ਫੋਰ ਜਸਟਿਸ ਆਈ ਸੀ, ਉਹਨਾਂ ਨੇ ਕਿਹਾ ਸੀ ਕਿ ਅਸੀਂ ਕੇਸ ਇੰਟਰਨੈਸ਼ਨਲ ਕੋਰਟ 'ਚ ਲਾਵਾਂਗੇ, ਕਿਉਂਕਿ ਅਸੀਂ ਕਾਫੀ ਲੰਬੇ ਸਮੇਂ ਤੋਂ ਇੱਥੇ ਰਹਿ ਰਹੇ ਹਾਂ ਅਤੇ ਹਮੇਸ਼ਾ ਹੀ ਜਾਣਕਾਰੀ ਪ੍ਰਾਪਤ ਕਰਦੇ ਰਹਿੰਦੇ ਹਾਂ ਕਿ ਕੇਸ ਜੋ ਹੈ ਉਹ ਸਰਕਾਰ ਹੀ ਸਰਕਾਰ 'ਤੇ ਲਾ ਸਕਦੀ ਹੈ, ਜਾਂ ਜਿਵੇਂ ਕੋਈ ਪੰਜਾਬ ਸਰਕਾਰ ਹੈ ਉਹ ਜਦੋਂ ਪਹਿਲਾਂ ਸੁਪਰੀਮ ਕੋਰਟ 'ਚ ਕੇਸ ਹਾਰੂਗੀ ਫਿਰ ਉਹ ਇੱਥੇ ਇੰਟਰਨੈਸ਼ਨਲ ਕੋਰਟ ਵਿੱਚ ਕੇਸ ਲਾ ਸਕਦੀ ਹੈ। ਜਿਵੇਂ ਪਿੱਛੇ ਜੇ ਇੱਕ ਭਾਰਤੀ ਮੂਲ ਦਾ ਬਸਿੰਦਾ ਸੀ ਜੋ ਪਾਕਿਸਤਾਨ 'ਚ ਫੜਿਆ ਗਿਆ ਸੀ, ਉਸ ਨੂੰ ਫਾਂਸੀ ਸਜ਼ਾ ਹੋਈ ਸੀ, ਉਸ ਦਾ ਕੇਸ ਵੀ ਇਸੇ ਕੋਰਟ ਵਿੱਚ ਚੱਲਿਆ, ਇੱਥੋਂ ਹੀ ਚੱਲਿਆ ਸੀ। ਅਤੇ ਇਹ ਜੋ ਇਸ ਨੂੰ ਪੀਸ ਪੈਲਸ ਦਾ ਨਾਮ ਹੀ ਦਿੱਤਾ ਗਿਆ ਹੈ, ਫਰੇਜ਼ੇ ਪੈਲਸ ਡੱਚ ਭਾਸ਼ਾ 'ਚ ਬੋਲਦੇ ਨੇ। ਅਤੇ ਇਹ ਜੋ ਪੀਸ ਪੈਲਸ ਹੈ ਕੋਈ ਐਸ ਹੋਲੈਂਡ ਦੇਸ਼ ਦਾ ਨਹੀਂ ਹੈ, ਇਹ ਇੰਟਰਨੈਸ਼ਨਲ ਪੀਸ ਪੈਲਸ ਹੈ। ਦੁਨੀਆ 'ਚ ਇੱਕੋ ਹੀ ਜਗ੍ਹਾ ਹੈ ਜਿਹਨੂੰ ਇੰਟਰਨੈਸ਼ਨਲ ਟੈਰੀਟਰੀ ਹਾਸਲ ਹੈ, ਇੰਟਰਨੈਸ਼ਨਲ ਜੋ ਸਥਾਨ ਪੀਸ ਪੈਲਸ ਹੋਇਆ ਹੈ। ਮੇਰੇ ਸਾਹਮਣੇ ਤੁਸੀਂ ਦੇਖ ਲਓ, ਮੈਂ ਕੈਮਰੇ ਨੂੰ ਬੇਨਤੀ ਕਰੂੰਗਾ ਇੱਥੇ ਜ਼ਰੂਰ ਮਾਰਿਆ ਜਾਵੇ। ਤਕਰੀਬਨ 198 ਦੇਸ਼ਾਂ ਦੇ ਜੋ ਅੰਬੈਸਡਰ ਨੇ ਉਹਨਾਂ ਨੇ ਰਲ ਕੇ ਇਹ ਇਸਦੀ ਸਥਾਪਨਾ ਕੀਤੀ ਗਈ ਸੀ, 198 ਦੇਸ਼ਾਂ, ਜਿਨ੍ਹਾਂ ਦੇ ਵਿੱਚ ਇੰਡੀਆ ਵੀ ਹੋਵੇਗਾ। ਮੇਰਾ ਖਿਆਲ 79 ਨੰਬਰ 'ਤੇ ਇੰਡੀਆ ਹੋਵੇਗਾ, ਆਹ ਦੇਖੋ 79 ਨੰਬਰ 'ਤੇ ਇੰਡੀਆ ਹੈ। ਅਤੇ ਇਹਨਾਂ ਸਾਰਿਆਂ ਨੇ ਸ਼ਾਂਤੀ ਦੇ ਲਈ ਸਹਿਮ ਕੀਤੇ ਹੋਏ ਨੇ। ਇਹ ਵੱਖਰੀ ਗੱਲ ਹੈ ਕਿ ਆਪਾਂ ਉਹਨੂੰ ਕਿੰਨਾ ਕੁ ਪ੍ਰੈਕਟੀਕਲ ਰੂਪ ਦੇ ਵਿੱਚ ਮੰਨਦੇ ਹਾਂ ਜਾਂ ਨਹੀਂ ਮੰਨਦੇ ਹਾਂ। ਜਾਂ ਮੇਰੇ ਪਿੱਛੇ ਤੁਸੀਂ ਦੇਖ ਲਓ ਵੀ ਆਪਣੇ ਇਹਨਾਂ ਨੇ ਇਹ ਇੱਕ ਮਿਸਾਲ ਜਗਦੀ ਹੈ, 24 ਘੰਟੇ ਇਹ ਸ਼ਾਂਤੀ ਦਾ ਪ੍ਰਤੀਕ ਹੈ, ਕਿਉਂਕਿ ਭਾਵੇਂ ਕੁਛ ਚੀਜ਼ ਵਿੱਚ ਵਿਸ਼ਵਾਸ ਕਰਦੇ ਜਾਂ ਨਹੀਂ ਕਰਦੇ, ਇਹ ਜੋ ਮਿਸਾਲ ਵਿੱਚ ਚੱਲਦੀ ਹੈ ਵਰਲਡ ਪੀਸ ਲਿਖਿਆ ਹੋਇਆ, ਜਿੱਥੇ ਹਰ ਦੇਸ਼ ਦਾ ਜੋ ਇਹਨਾਂ ਨੇ ਲਾਇਆ ਹੋਇਆ ਹੈ। ਅਤੇ ਆਹ ਜੋ ਇੰਡੀਆ ਦਾ ਨਿਸ਼ਾਨ ਹੈ ਇਹਨਾਂ ਦਾ, ਜੋ ਪੱਥਰ ਉਹਨਾਂ ਦਿੱਤਾ ਸੀ ਉਹ ਵੀ ਲੱਗਾ ਹੋਇਆ ਹੈ। ਅਤੇ ਕਿਉਂਕਿ ਜਦੋਂ ਮਸਲੇ ਨੇ ਉਹ ਇੱਥੇ ਆਣ ਕੇ ਨਿਬੜਦੇ ਨੇ। ਅਤੇ ਸਾਡੀ ਜੋ ਗੁਰੂ ਨਾਨਕ ਸਾਹਿਬ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਯਾਤਰਾ ਹੈ, ਉਹ ਵੀ ਇਹੀ ਹੈ ਕਿ ਅਸੀਂ ਸ਼ਾਂਤੀ ਦੇ, ਸੰਸਾਰ ਸ਼ਾਂਤੀ ਦੇ। ਅਤੇ ਇਹ ਜੋ ਸਥਾਨ ਹੈ ਇਹ ਵੀ ਸੰਸਾਰ ਸ਼ਾਂਤੀ ਦੇ ਵਾਸਤੇ ਬਣਿਆ ਹੋਇਆ ਹੈ। ਅਤੇ ਸੋ ਅੱਜ ਅਸੀਂ ਸਾਰੇ ਪਹੁੰਚੇ ਹਾਂ, ਕੋਸ਼ਿਸ਼ ਕਰਾਂਗੇ ਅਤੇ ਅਸੀਂ ਜੋ ਇੱਥੋਂ ਦੇ ਨੁਮਾਇੰਦੇ ਹਨ ਉਹਨਾਂ ਨੂੰ ਵੀ ਆਪਣੀ ਜ਼ਰੂਰ ਜਾਣਕਾਰੀ ਦੇਈਏ ਕਿ ਸਾਡਾ ਆਉਣ ਦਾ ਮਕਸਦ ਕੀ ਹੈ। ਅਤੇ ਇਹ ਜੋ ਬਹੁਤ ਹੀ ਸ਼ਹਿਰ ਇੰਟਰਨੈਸ਼ਨਲ ਸਿਟੀ, ਇਸ ਨੂੰ ਮਾਣ ਹਾਸਲ ਹੈ। ਅਤੇ ਇਸ ਸ਼ਹਿਰ ਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਹਨ ਜੇਲ੍ਹਾਂ ਵੀ ਹਨ ਜਿਹੜੀਆਂ ਇੰਟਰਨੈਸ਼ਨਲ, ਜਿੱਥੇ ਵੱਖ ਵੱਖ ਦੇਸ਼ਾਂ ਦੇ ਜੋ ਬਾਹਰਲੇ ਅਤੇ ਕੈਦੀ ਜੋ ਜ਼ੁਲਮ ਕਰਦੇ ਹਨ ਉਹਨੂੰ ਲਿਆ ਕੇ ਇੱਥੇ ਰੱਖਿਆ ਜਾਂਦਾ। ਦੇਸ਼ ਭਾਵੇਂ ਛੋਟਾ ਹੈ, ਕੰਮ ਇਸ 'ਤੇ ਬਹੁਤ ਹੀ ਉੱਚੇ ਹਨ। ਅਤੇ ਸਾਡੇ ਨਾਲ ਜੋ ਕਰਤਾਰਪੁਰ ਯਾਤਰਾ 'ਤੇ ਸਿੰਘ ਆਏ ਹੋਏ ਹਨ ਉਹ ਵੀ ਹਾਜ਼ਰ ਹਨ। ਮੈਂ ਬੇਨਤੀ ਕਰੂੰਗਾ ਭਾਈ ਗੁਰਚਰਨ ਸਿੰਘ ਜੀ ਨੂੰ ਕਿ ਉਹ ਵੀ ਨਾਲ, ਉਹਨਾਂ ਨਾਲ ਹੋਰ ਵੀ ਜੋ ਵੀਰ ਭੈਣ ਆਏ ਹਨ ਜਿਨ੍ਹਾਂ ਦੇ ਨਾਮ ਮੈਂ ਨਹੀਂ ਜਾਣਦਾ, ਅਤੇ ਉਹਨਾਂ ਨੂੰ ਬੇਨਤੀ ਹੈ ਕਿ ਉਹ ਇੱਥੇ ਮੇਰੇ ਕੋਲ ਆਉਣ ਅਤੇ ਮੈਂ ਇਹਨਾਂ ਨੂੰ ਦੱਸਣਾ ਚਾਹਾਂਗੇ। ਅੱਜ ਜਦੋਂ ਆਪਾਂ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੰਸਾਰ ਸ਼ਾਂਤੀ ਮਾਰਚ ਕੱਢ ਰਹੇ ਹਾਂ, ਅਤੇ ਇੱਥੇ ਤੁਸੀਂ ਵਰਲਡ ਇੰਟਰਨੈਸ਼ਨਲ ਪੀਸ ਪੈਲਸ 'ਤੇ ਪਹੁੰਚੇ ਹੋ, ਕੀ ਦੱਸਣਾ ਚਾਹੁੰਦੇ ਸੰਗਤਾਂ ਨੂੰ? ਥੈਂਕ ਯੂ ਸਰ, ਪੰਜਾਬੀ ਚੈਨਲ ਵਾਲਿਆਂ ਦਾ ਬਹੁਤ ਬਹੁਤ ਥੈਂਕ ਯੂ ਵੈਰੀ ਮੱਚ, ਜਿਨ੍ਹਾਂ ਨੇ ਤੁਹਾਡਾ ਵੀ ਬਹੁਤ ਬਹੁਤ ਥੈਂਕ ਯੂ। ਜਿਹੜਾ ਤੁਸੀਂ ਅੱਜ ਸਾਨੂੰ ਇਸ ਜਗ੍ਹਾ ਦੇ ਉੱਤੇ ਲਿਆਉਂਦੇ ਹਾਂ, ਮੈਂ ਆਪਣੇ ਸੁਪਨੇ ਦੇ ਵਿੱਚ ਵੀ ਨਹੀਂ ਸੀ ਦੇਖ ਸਕਦਾ ਜਿਹੜਾ ਕਿ ਦੇਖ ਰਹੇ ਜਿਹੜਾ ਕੋਰਟ ਆ ਦੁਨੀਆ ਦਾ ਕੋਈ ਨਹੀਂ ਹੋਇਆ। ਜਾਣਕਾਰੀ ਇੰਟਰਨੈਸ਼ਨਲ ਕੋਰਟ ਦੇ ਵਿੱਚ ਜਿਹੜਾ ਕਿੱਥੇ ਆ ਕੇ ਮੁਕੱਦਮਾ ਉੱਥੇ ਕਰ ਸਕਦੇ ਹਾਂ। ਇਹ ਦਿਖਾ ਰਹੇ ਹਾਂ ਤੁਹਾਨੂੰ ਇਹ ਬਿਲਡਿੰਗ ਆ ਕਿ ਕੋਈ ਹੋਲੈਂਡ ਦੇ ਵਿੱਚ ਡੈਨਹਾਗ ਸ਼ਹਿਰ ਆ, ਜਿੱਥੇ ਕਿ ਤੁਸੀਂ ਕਿਸੇ ਨੂੰ ਵੀ ਕੋਈ ਵੀ ਤੁਹਾਡੀ ਪ੍ਰੋਬਲਮ ਹੋਵੇ ਇੰਟਰਨੈਸ਼ਨਲ ਕੋਰਟ ਦੇ ਵਿੱਚ ਤੁਸੀਂ ਉਹਦਾ ਮੁਕੱਦਮਾ ਲੜ ਸਕਦੇ ਹਾਂ।
ਜਿੱਥੇ ਨਾ ਜਸਟਿਸ ਹੋਵੇ। ਸੋ ਮੈਂ ਬਹੁਤ ਬਹੁਤ ਧੰਨਵਾਦੀ ਹਾਂ ਭਾਈ ਹਰਜੀਤ ਸਿੰਘ ਜੀ, ਤੁਸੀਂ ਸਾਨੂੰ ਬਹੁਤ ਉਸ ਮੁਕਾਮ 'ਤੇ ਲਿਆਤਾ ਜਿਹੜਾ ਕਿ ਅਸੀਂ ਕੈਨੇਡਾ ਤੋਂ ਤੁਰ ਕੇ ਵਰਲਡ ਪੀਸ ਵਾਸਤੇ ਆਏ ਹਾਂ। ਅੱਜ ਅਸੀਂ ਇਸ ਧਰਤੀ ਦੇ ਉੱਤੇ ਖੜ੍ਹੇ ਹਾਂ, ਆਪਣੀ ਆਵਾਜ਼ ਨੂੰ ਬੁਲੰਦ ਕਰਦੇ ਹਾਂ ਕਿ ਆਓ ਆ ਕੇ ਦੁਨੀਆ ਦੇ ਉੱਤੇ ਕਿਸੇ ਵੀ ਮਾਂ ਦੇ ਪੁੱਤ ਦਾ ਖੂਨ ਨਹੀਂ ਡਿੱਗਣਾ ਚਾਹੀਦਾ ਧਰਤੀ ਦੇ ਉੱਤੇ। ਅਗਰ ਤੁਹਾਡੇ ਕੋਲ ਇਹ ਚੀਜ਼ ਹੈ ਤਾਂ ਆਪਾਂ ਉਸ ਨੂੰ ਇੰਟਰਨੈਸ਼ਨਲ ਕੋਰਟ ਦੇ ਵਿੱਚ ਆ ਕੇ ਉਸ 'ਤੇ ਮੁਕੱਦਮਾ ਕਰ ਸਕਦੇ ਹਾਂ ਜਿਹੜੀਆਂ ਕਿ ਦੁਨੀਆ ਦੇ ਉੱਤੇ ਹੁੰਦੀਆਂ। ਆਈ ਹੋਪ ਕਿ ਅਸੀਂ ਆਪਣੇ ਮਿਸ਼ਨ ਵਿੱਚ ਸਕਸੈਸਫੁਲ ਹੋਵਾਂਗੇ, ਜਾਂ ਨਹੀਂ ਤਾਂ ਕਰਤਾਰਪੁਰ ਅੱਜ ਹੋਲੈਂਡ ਦੇ ਵਿੱਚ ਹੈ ਜੀ। ਥੈਂਕ ਯੂ ਵੈਰੀ ਮਚ। ਹਾਂਜੀ, ਬਹੁਤ ਬਹੁਤ ਧੰਨਵਾਦ ਭਾਈ ਗੁਰਚਰਨ ਸਿੰਘ ਜੀ, ਕਿਉਂਕਿ ਇਹ ਜ਼ਰੂਰੀ ਹੈ, ਕਿਉਂਕਿ ਜਦੋਂ ਆਪਾਂ ਜਿਸ ਮਕਸਦ ਲਈ ਤੁਰੇ ਹੋਈਏ ਤਾਂ ਉੱਥੇ ਆਪਾਂ ਨੂੰ ਉਹਨਾਂ ਨਾਲ ਸੰਬੰਧਿਤ ਚੀਜ਼ਾਂ ਨੂੰ ਦੇਖਣੀਆਂ ਚਾਹੀਦੀਆਂ ਹੈਗੀਆਂ, ਕਿਉਂਕਿ ਆਪਾਂ ਜਿੰਨੇ ਮਰਜ਼ੀ ਕੰਮ ਕਰੀਏ ਅਤੇ ਲੇਕਿਨ ਜਿਹੜੀ ਗੱਲ ਹੈ ਸਾਡੀ ਉਹ ਆਣ ਕੇ ਟੇਬਲ 'ਤੇ ਹੀ ਨਿਬੜਨੀ ਹੈ। ਜਿਤਨੇ ਪਿੱਛੇ ਹਿੰਦੁਸਤਾਨ ਦਾ ਇਤਿਹਾਸ ਆਪਾਂ ਦੇਖ ਲਈਏ, ਲੜਾਈਆਂ ਹੋਈਆਂ ਅਤੇ ਫਿਰ ਰਾਜੇ ਮਹਾਰਾਜੇ ਨੇ ਬੈਠ ਕੇ ਗੱਲਬਾਤ ਕੀਤੀ ਹੈ ਨਾ, ਅਤੇ ਅੱਜ ਅਸੀਂ ਮਤਲਬ ਇਹ ਕੋਈ ਦੇਸ਼ ਦੀ ਮੰਗ ਲੈ ਕੇ ਨਹੀਂ ਚੱਲੇ ਹੋਏ ਕਿ ਅਸੀਂ ਆਪਣੀ ਦੇਸ਼ ਦੀ ਮੰਗ ਲਈ ਇੱਥੇ ਆਏ ਹੋਏ ਹਾਂ। ਅਸੀਂ ਸੰਸਾਰ ਗੁਰੂ ਨਾਨਕ ਸਾਹਿਬ ਸਾਡੇ ਰਹਿਬਰ ਹੋਏ ਨੇ, ਸਾਡੇ ਪੀਰ ਪੈਗੰਬਰ ਹੋਏ ਨੇ, ਸਾਡੇ ਗੁਰੂ ਸਾਹਿਬਾਨ ਹੋਏ ਨੇ, ਜਿਨ੍ਹਾਂ ਨੇ ਜੋ ਸਤਿਗੁਰ ਪਰਮੇਸ਼ਰ ਅਕਾਲ ਪੁਰਖ ਦਾ ਆਪ ਸਵਰੂਪ ਸਨ ਹੈ ਨਾ। ਆਪ ਜੀ ਨੇ ਬਾਣੀ ਵਿੱਚ ਵੀ ਲਿਖਿਆ ਹੋਇਆ ਕਿ ਆਪ ਨਾਰਾਇਣ ਕਲਾਤਰ ਜਗ ਮੈਂ, ਜੋ ਗੁਰੂ ਨਾਨਕ ਸਾਹਿਬ ਜੀ ਆਪ ਪਰਮਾਤਮਾ ਦਾ ਰੂਪ ਸਨ ਹੈ ਨਾ, ਅਤੇ ਉਹਨਾਂ ਨੇ ਆਪਣੇ ਆਪ ਪਰਮਾਤਮਾ ਨਹੀਂ ਸਿਖਾਇਆ। ਉਹਨਾਂ ਦਾ ਜੋ ਵਿਸ਼ੇ ਸੀ ਉਹਨਾਂ ਨੂੰ ਵਿਸ਼ੇ ਨੂੰ ਲੈ ਕੇ ਆਪਾਂ ਸਾਰੇ ਚੱਲੇ ਹੋਏ ਹਾਂ, ਅਤੇ ਅਸੀਂ ਇਸ ਵਿੱਚ ਇਹੀ ਬੇਨਤੀ ਕਰਦੇ ਹਾਂ ਕਿ ਜਿੱਥੇ ਕਿਤੇ ਆਪਾਂ ਬੈਠੇ ਹਾਂ, ਗੁਰੂ ਨਾਨਕ ਸਾਹਿਬ ਦਾ ਮਿਸ਼ਨ ਇਹੀ ਹੈ ਕਿ ਨਾਮ ਜਪੋ, ਕਿਰਤ ਕਰੋ, ਬਣ ਕੇ ਛਕੋ, ਪਰਮਾਤਮਾ ਦਾ ਨਾਮ ਜ਼ਰੂਰ ਲਵੋ, ਸੰਸਾਰ ਮਿਲੋ ਮੇਰੇ ਭਾਈ, ਦੁੱਖ ਦਾ ਦੂਰ ਕਰੋ ਨੇ ਬੁਲਾਈ। ਅਤੇ ਇਹ ਜੋ ਆਪਾਂ ਨੇ ਸਾਰਿਆਂ ਨੂੰ ਇਹ ਜ਼ਰੂਰੀ ਹੈ ਕਿ ਆਪਾਂ ਆਪਣੀ ਬਾਣੀ ਵੀ ਪੜ੍ਹੀਏ, ਉਹਦੇ ਨਾਲ ਨਾਲ ਸੰਸਾਰ ਦੀ ਸ਼ਾਂਤੀ ਲਈ, ਕਿਉਂਕਿ ਧਰਮ ਕੀ ਹੈ, ਧਰਮ ਇਹੀ ਹੈ ਜਿੱਥੇ ਆਪਾਂ ਆਪਣੇ ਕੰਮ ਕਾਰ ਕਰਦੇ ਹਾਂ ਉਹਦੇ ਨਾਲ ਨਾਲ ਚੀਜ਼ਾਂ ਦੇ ਭਲੇ ਲਈ ਕੋਈ ਨਾ ਕੋਈ ਉਪਰਾਲੇ ਕਰਦੇ ਹਨ, ਅਤੇ ਤਾਂ ਕਿ ਸਾਨੂੰ ਇਸ ਦੁਨੀਆਂ ਤੋਂ ਜਾਣ ਲੱਗਿਆ ਕਦੇ ਵੀ ਕੋਈ ਝੋਰਾ ਨਾ ਹੋਵੇ ਕਿ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਕੁਛ ਕਰ ਨਹੀਂ ਸਕਿਆ। ਇਸ ਨੂੰ ਇਹ ਬਹੁਤ ਹੀ ਵੱਡਾ ਉਦਮ ਉਪਰਾਲਾ ਹੈ ਜੋ ਆਪ ਜੀ ਨੇ ਕੈਨੇਡਾ ਤੋਂ ਸ਼ੁਰੂ ਕੀਤਾ ਹੈ, ਅਤੇ ਮੈਂ ਇਹੀ ਵੀ ਅਰਦਾਸ ਕਰਦਾ ਕਿ ਆਪ ਜੀ ਨੂੰ ਪਰਮਾਤਮਾ ਤੰਦਰੁਸਤੀਆਂ ਬਖਸ਼ੇ, ਆਪ ਜੀ ਇਵੇਂ ਹੀ ਕੰਮ ਕਰਦੇ ਰਹੋ, ਔਰ ਭਾਈ ਸ਼ਿੰਗਾਰਾ ਸਿੰਘ ਜੀ ਫਰਾਂਸ ਜੋ ਇਸ ਯਾਤਰਾ ਨਾਲ ਫਰਾਂਸ ਤੋਂ ਰਲੇ ਹਨ ਅਤੇ ਉਹ ਵੀ ਕਰਤਾਰਪੁਰ ਦੀ ਧਰਤੀ 'ਤੇ ਪਹੁੰਚਣਗੇ, ਉਹਨਾਂ ਦਾ ਵੀ ਧੰਨਵਾਦ ਹੈ ਕਿਉਂਕਿ ਆਪਣੇ ਕੰਮ ਕਾਰ ਛੱਡ ਕੇ ਇਹਨਾਂ ਕੰਮਾਂ ਵਿੱਚ ਲੱਗਣਾ ਬਹੁਤ ਵੱਡਾ ਕੰਮ, ਕਿਉਂਕਿ ਅੱਜ ਦਾ ਸਮਾਂ ਜੋ ਇੰਡੀਆ ਦਾ ਸਮਾਂ, ਇੰਡੀਆ ਵਿੱਚ ਆਪਾਂ ਇੱਕ ਬੰਦਾ ਕੰਮ ਕਰਦੇ 10 ਬੰਦੇ ਬਹਿ ਕੇ ਖਾ ਵੀ ਮਿਲਦੀ ਹੈ, ਇੱਥੇ ਆਪਾਂ ਨੂੰ ਸਾਰਿਆਂ ਨੂੰ ਕੰਮ ਕਰਨਾ ਪੈਂਦਾ ਤਾਂ ਹੀ ਆਪਣੇ ਘਰਾਂ ਦੀ ਤਿਆਰੀ ਚੱਲਦੇ ਹਨ, ਅਤੇ ਫਿਰ ਵੀ ਆਪ ਜੀ ਕਹਿੰਦੇ ਹੋ ਕਿ ਮੈਂ ਤਾਂ ਇੱਥੇ ਗੁਰਦਾਸਪੁਰ ਦਾ ਮਹਾਰਾਜ, ਆਪ ਕਿਸੇ ਵੀ ਤਰ੍ਹਾਂ ਦੀ ਆਪ ਜੀ ਨੂੰ ਝੂਠ ਨਾ ਹੋ ਜਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।